ਅਕਸਰ ਹੀ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨਜ਼ਰ ਆਉਂਦੇ ਹਨ। ਅਜਿਹਾ ਇੱਕ ਹੋਰ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ GST ਵਿਭਾਗ ਦੀ ਟੀਮ ਬਟਾਲਾ ਵਿੱਚ ਮਹਾਜਨ ਕਰੋਕਰੀ ਹੋਲਸੇਲ ਦੀ ਦੁਕਾਨ ਤੇ ਅਸਿਸਟੈਂਟ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਨ ਪਹੁੰਚੀ ਸੀ, ਪਰ ਕਰਮਚਾਰੀਆਂ ਲਈ ਛਾਪੇਮਾਰੀ ਕਰਨ ਦੇ ਬਜਾਏ ਉਕਤ ਦੁਕਾਨਦਾਰ ਦੇ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਕੁਲਚੇ ਖਾਣੇ ਜ਼ਿਆਦਾ ਜ਼ਰੂਰੀ ਹੋ ਗਏ, ਜੋ ਕਿ ਇਹ ਸਾਰੀਆਂ ਤਸਵੀਰਾਂ ਮੀਡੀਆ ਦੇ ਕੈਮਰੇ ਵਿੱਚ ਵੀ ਕੈਦ ਹੋ ਗਈਆਂ। ਜਦੋਂ ਕਰਮਚਾਰੀਆਂ ਨੂੰ ਕੈਮਰੇ ਬਾਰੇ ਪਤਾ ਚੱਲਿਆ ਤਾਂ ਕੁਲਚੇ ਛੋਲੇ ਵਿੱਚੇ ਛੱਡ ਕੇ ਉਹ ਆਪਣੀ ਡਿਊਟੀ ਕਰਨ ਦਾ ਦਿਖਾਵਾ ਕਰਨ ਲੱਗ ਪਏ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਿਸ ਦੁਕਾਨ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੋਵੇ ਉਸੇ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਖਾਣੇ ਕਿੰਨੇ ਕੁ ਸਹੀ ਹੈ ਅਤੇ ਕੀ ਇਹ ਕਰਮਚਾਰੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਗੁਰਦਾਸਪੁਰ ਤੋਂ ਲਾਪ੍ਰਿਤ ਖੁਸ਼ੀਪੁਰ ਦੀ ਰਿਪੋਰਟ। ਮੇਰਾ ਮਨਦੀਪ ਹੈ ਜੀ। ਕਿਸ ਪੋਸਟਿੰਗ ਦੇ ਤੁਸੀਂ, ਕਿਸ ਮਹਿਕਮੇ 'ਚ? ਮੈਂ GST ਡਿਪਾਰਟਮੈਂਟ ਜੀ। ਅੱਛਾ, ਕੀ ਪੋਸਟਿੰਗ? ਸਾਹਿਬ ਉਹਨਾਂ ਨੂੰ ਬੁਲਾ ਲਓ ਆਪਾਂ। ਉਹਨਾਂ ਦੀ ਪੋਸਟਿੰਗ ਕੀ ਆਪਣੀ ਤੁਹਾਡੀ? ਮੇਰੀ ਕਲਰਕ ਹੈ ਜੀ। ਅੱਛਾ, ਤੇ ਇਹ ਕਿਸ ਕੰਮ ਲਈ ਆਏ ਹੋ ਦੁਕਾਨ ਤੇ, ਕੀ ਕਰਦੇ ਪਏ? ਸਰ ਚੈਕਿੰਗ ਹੋ ਰਹੀ ਹੈ ਜੀ। ਕਿਸ ਚੀਜ਼ ਦੀ? ਸਟਾਕ ਦੀ। ਅੱਛਾ, ਐਕਸਾਈਜ਼ ਵੱਲੋਂ ਕਿ ਸੇਲ ਟੈਕਸ ਵੱਲੋਂ? ਸੇਲ ਟੈਕਸ ਵੱਲੋਂ। ਠੀਕ ਹੈ, ਤੇ ਤੁਸੀਂ ਕਰ ਲਈ ਸਾਰੀ ਚੈਕਿੰਗ? ਕਰਦੇ ਪਏ ਜੀ। ਅੱਛਾ, ਤੁਸੀਂ ਤਾਂ ਛੋਲੇ ਕੁਲਚੇ ਮੰਗਾਉਣ? ਨਹੀਂ ਜੀ, ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ। ਅੱਛਾ, ਤੁਸੀਂ ਖਾਂਦੇ ਪਏ ਸੀ ਨਾ? ਨਹੀਂ ਨਹੀਂ ਸਰ, ਅਸੀਂ ਨਹੀਂ ਖਾਂਦੇ ਪਏ। ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ। ਨਹੀਂ ਭਾਜੀ, ਅਸੀਂ ਤਾਂ ਕੰਮ ਕਰਦੇ ਪਏ। ਅੱਛਾ, ਤੁਸੀਂ ਕੰਮ ਕਰਦੇ ਪਏ? ਠੀਕ ਆ, ਮੈਂ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ। ਅੱਛਾ, ਮਤਲਬ ਆ ਕਿਸੇ ਹੋਰ ਨੇ ਖਾਂਦੇ ਪਏ? ਸਰ ਅਸੀਂ ਕੰਮ ਕਰ ਰਹੇ ਹਾਂ, ਪਲੀਜ਼। ਕਿੱਥੇ ਆਏ ਹੋ ਤੁਸੀਂ? ਕਿੱਥੇ ਆਏ ਹੋ? ਕੀ ਕਰਦੇ ਪਏ ਇੱਥੇ ਆ ਕੇ? ਸੇਲ ਤਾਂ ਸਰ ਰੇਟ ਹੋਇਆ ਵਾ। ਹਾਂਜੀ। ਅੱਛਾ, ਆਪਣੀ ਜੀ ਮੰਗਾਈ, ਆਪਣੀ ਜੀ ਖਾਈ ਆ? ਕੀ ਖਾਧੀ? ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ, ਮੈਂ ਤਾਂ ਤੁਹਾਨੂੰ ਸਵਾਲ ਕਰਨ ਲੱਗਾ ਵਾ, ਤੁਸੀਂ ਤਾਂ ਅੱਗੇ ਬੋਲੇ ਲੱਗ। ਨਹੀਂ ਨਹੀਂ, ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਹਦੀ ਰੇਟ ਆ? ਸੇਲ ਤਾਂ ਸੀ ਰੇਟ ਆ। ਕਿੱਥੇ? ਹਾਂਜੀ, ਕਿੱਥੇ? ਮਾਜਦੇ ਦੁਕਾਨ ਤੇ। ਅੱਛਾ, ਕਾਹਦੀ ਦੁਕਾਨ ਆ? ਹਾਂਜੀ, ਕਾਹਦੀ ਦੁਕਾਨ? ਪਲਾਸਟਿਕ ਦੁਕਾਨ ਆ। ਠੀਕ ਆ। ਹਾਂਜੀ। ਅੱਛਾ, ਤੇ ਰੇਟ ਦੇ ਔਨ ਡਿਊਟੀ ਤੁਸੀਂ ਕੁਲਚੇ ਛੋਲੇ ਖਾਣ ਡੇ ਬਾਹਰ ਬੈਠੇ? ਉਹ ਆਪਣੇ ਖਾਣ ਡੇ ਆ। ਆਪਣੇ ਵੀ ਖਾਂਦੇ ਹੋ? ਹਾਂਜੀ। ਡਿਊਟੀ ਤੁਸੀਂ ਰੇਟ ਕਰਨ ਆਏ ਕਿ ਕੁਲਚੇ ਛੋਲੇ ਖਾਣ ਆਏ? ਨਹੀਂ, ਉਹ ਆਪਣੇ ਮਰਕੇ ਖਾਣ ਡੇ ਆ, ਅਸੀਂ ਇਹ ਥੋੜਾ ਮਤਲਬ ਕਿਸੇ ਦੇ ਖਾਣ ਡੇ ਆ। ਨਹੀਂ ਨਹੀਂ, ਮੈਂ ਉਹ ਪੁੱਛਣ ਲਿਆ ਵੀ ਰੇਟ ਕਰਨ ਆਏ ਹੋ ਔਨ ਡਿਊਟੀ, ਤੁਸੀਂ ਰੇਟ ਕਰਨ ਆਏ ਕੋਈ ਕੁਲਚੇ ਛੋਲੇ ਖਾਣ ਆਏ? ਜੇ ਰੇਟ ਕਰਨਾ ਮਤਲਬ ਕਿ ਜੇ ਭੁੱਖ ਲੱਗੇ ਤਾਂ ਆਪਾਂ ਕੁਝ ਖਾ ਸਕਦੇ ਆ। ਅੱਛਾ, ਠੀਕ। ਹਾਂਜੀ, ਰੇਟ ਕਰ ਲਈਏ? ਰੇਟ ਹੋਣ ਡਈ ਆ। ਅੱਛਾ, ਕੀ ਕੁਝ ਲੱਭਾ ਜੇ? ਦੇਖਣ ਡੇ ਸਭ ਕੁਝ, ਜੋ ਵੀ ਹੈਗਾ ਵਾ ਚੈੱਕ ਕਰਨ ਡੇ ਆ। ਹਾਂਜੀ, ਕੀ ਚੈੱਕ ਕਰਦੇ ਪਏ ਹੋ? ਜੋ ਸਮਾਨ ਦਾ ਚੈੱਕ ਕਰਨ ਡੇ ਆ। ਹਾਂਜੀ। ਅੱਛਾ, ਹੋਰ ਉਹ ਤੇ ਲਿਖਣਗੇ, ਰੇਟ ਲਿਖਣਗੇ ਕੀ ਆ ਕੀ ਆ ਜੀ। ਅੱਛਾ, ਹਾਂਜੀ, ਠੀਕ। ਔਨ ਡਿਊਟੀ ਤੁਸੀਂ ਮਤਲਬ ਰੇਟ ਵੇਲੇ ਕੁਲਚੇ ਛੋਲੇ ਖਾ ਸਕਦੇ ਹੋ, ਠੰਡੇ ਠੰਡੇ ਪੀ ਸਕਦੇ ਹੋ, ਚਾਹ ਚੂ ਪੀ ਸਕਦੇ ਹੋ, ਹਨਾ? ਨਹੀਂ, ਉਹ ਤੇ ਆਪਣਾ ਵਾ ਜੀ, ਅਸੀਂ ਜੋ ਮਰਜ਼ੀ ਖਾ ਸਕਦੇ ਆ। ਜ਼ਰੂਰੀ ਇੱਥੇ ਰੇਟ ਕਰਨੀ, ਉੱਥੇ ਬਹਿ ਕੇ ਖਾਣਾ? ਨਹੀਂ, ਜ਼ਰੂਰੀ ਥੋੜਾ ਮਤਲਬ ਕਿ ਉੱਥੇ ਬਹਿ ਖਾਣੇ ਆ। ਇਹ ਜ਼ਰੂਰੀ ਹੁੰਦਾ ਇੱਥੇ ਰੇਟ ਕਰਨੀ, ਉੱਥੇ ਬਹਿ ਕੇ ਖਾਣੇ ਕੁਲਚੇ ਛੋਲੇ? ਨਹੀਂ, ਇਹ ਤੇ ਆਪਣਾ ਵਾ, ਅਸੀਂ ਆਪਣੀ ਮਤਲਬ ਖਾਵਾਂਗੇ ਚੀਜ਼, ਤੇ ਉਹ ਤੇ ਮਤਲਬ ਕਿ ਜਿੱਦਾਂ ਮਰਜ਼ੀ ਖਾਈਏ। ਠੀਕ, ਉਹਦੇ ਕੋਈ ਦਿੱਕਤ ਨਹੀਂ। ਜੀ, ਕਿਸ ਪੋਸਟਿੰਗ ਤੋਂ? ਕਿਹੜੇ ਮਹਿਕਮੇ 'ਚੋਂ? GST ਡਿਪਾਰਟਮੈਂਟ 'ਚ ਅਸੀਂ। ਅੱਛਾ, ਪੋਸਟਿੰਗ ਕੀ ਆਪਣੀ? ਜੂਨੀਅਰ ਅਸਿਸਟੈਂਟ। ਠੀਕ ਹੈ, ਤੇ ਇੱਥੇ ਕਿਹਦੇ ਦੇ ਰੇਟ ਕਰ ਰਹੇ ਹੋ ਆ ਦੁਕਾਨ? ਇਨਸਪੈਕਸ਼ਨ ਹੈ, ਰੇਟ ਕੋਈ ਨਹੀਂ, ਇਨਸਪੈਕਸ਼ਨ ਹੋ ਰਹੀ ਆ। ਕਿਸ ਚੀਜ਼ ਦੀ? ਐ ਸਟਾਕ ਦੀ। ਅੱਛਾ, ਹਾਂਜੀ। ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ? ਵੈਸੇ ਨਹੀਂ, ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਿਸ ਦੀ। ਅੱਛਾ, ਅਸੀਂ ਵੈਸੇ ਕਿਉਂ ਕਰਾਂਗੇ? ਅਗਰ ਆਈ ਕੋਈ ਕੰਪਲੇਂਟ ਆਈ ਜਾਂ ਕੋਈ ਕਮੀ? ਕੰਪਲੇਂਟ ਨਹੀਂ, ਇਨਸਪੈਕਸ਼ਨ ਦੀ ਹੈ, ਇਨਸਪੈਕਸ਼ਨ ਹੈ ਬਸ, ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ। ਮਤਲਬ ਔਨ ਡਿਊਟੀ ਤੁਸੀਂ ਕਰ ਰਹੇ ਹੋ ਰੇਟ? ਹਾਂਜੀ, ਔਨ ਡਿਊਟੀ। ਔਨ ਡਿਊਟੀ ਰੇਟ ਕਰ ਰਹੇ?
ਕੁਛ ਨੀ ਖਾ ਰਹੇ ਅਸੀਂ, ਸਾਨੂੰ ਕੁਛ ਨੀ, ਅਸੀਂ ਅਸੀਂ ਆਪਣੇ ਵੇਖੋ ਵੇਖੋ ਭਾਜੀ, ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ, ਅਸੀਂ ਉਹਦੇ ਚ ਕੁਛ ਨੀ ਖਾ ਰਹੇ, ਅਸੀਂ ਨਾ ਇਹਨਾਂ ਨੂੰ ਕੁਛ ਕਿਹਾ, ਅਸੀਂ ਆਪਣੇ ਕੰਮ ਨਾਲ ਮਤਲਬ ਰੱਖਣੇ ਆ ਜੀ, ਸਾਡਾ ਕੰਮ ਸਵੇਰ ਦੇ ਸਟਾਕ ਦਾ, ਸਾਡਾ ਸਟਾਕ ਅਸੀਂ ਚੈੱਕ ਕਰ ਰਹੇ, ਹੋਰ ਅਸੀਂ ਕੁਛ ਨੀ, ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਨੂੰ ਤੁਸੀਂ ਚਾਹ ਪਾਣੀ ਪੀ ਸਕਦੇ ਹੋ? ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦਾ, ਤੁਹਾਨੂੰ ਨੀ, ਤੁਸੀਂ ਆਇਓ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ, ਅਸੀਂ ਕਿਉਂ ਖਾ ਸਕਦੇ? ਸਾਨੂੰ ਜੇ ਉਹਨਾਂ ਨੇ ਗਲਤ, ਅਸੀਂ ਕੁਛ ਨੀ ਕਹਿ ਸਕਦੇ, ਨਹੀਂ ਖਾ ਸਕਦੇ ਭਾਜੀ, ਅਸੀਂ ਕੁਛ ਨੀ ਖਾਧਾ, ਇਹ ਤੇ ਨਾ ਲਿਆ ਕੇ ਰੱਖੇ, ਅਸੀਂ ਅਜੇ ਤੇ ਲਿਆ ਹੀ ਨੀ ਕੁਛ ਵੀ। ਜੀ ਸਰ, ਸ਼ੁਭ ਨਾਮ? ਸੁਨੀਲ ਕੁਮਾਰ। ਸੁਨੀਲ ਕੁਮਾਰ ਜੀ, ਕਿਸ ਪੋਸਟਿੰਗ ਤੋਂ, ਕਿਹੜੇ ਮਹਿਕਮੇ ਤੋਂ? ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ। ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ? ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਪ੍ਰਾਪਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਕਰਨ ਦੇ ਲਈ। ਜੀ, ਤੇ ਕੀ ਕੁਛ ਵੈਰੀਫਿਕੇਸ਼ਨ ਹੋਈ? ਫਿਲਹਾਲ ਤਾਂ ਕੁਛ ਕਾਗਜ਼ਾਤ ਕਨਫੈਸਟੀਗੇਟ ਕੀਤੇ ਆ, ਸੀਜ਼ ਕੀਤੇ ਆ, ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਿਹਾ ਜੀ। ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ? ਜੀ, ਪੂਰੀ ਸੰਭਾਵਨਾ ਹੈ, ਕੁਆਂਟੀਟੀ ਤਾਂ ਨਹੀਂ ਦੱਸ ਸਕਦੇ, ਬਟ ਇਹ ਵੀ ਸੰਭਾਵਨਾ ਹੈ ਜੀ, ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਹੈ। ਜੀ ਜੀ ਜੀ, ਬਿਲਕੁਲ, ਇਨ ਲੈਕਸ ਹੋ ਸਕਦੀ ਹੈ। ਸ਼ੋਰ, ਔਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ? ਜੀ ਜੀ ਜੀ, ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲਾ। ਦੇਖੋ ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਹੈ, ਨਾਜਾਇਜ਼ ਵੀ ਕਹਿ ਸਕਦੇ, ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ, ਜੇ ਕੁਛ ਚਾਹ ਚੂ ਪੀ ਲਈਏ, ਕੁਛ ਰਿਫਰੈਸ਼ਮੈਂਟ ਹੋ ਜਾਵੇ, ਪਰ ਡਿਊਟੀ ਪ੍ਰਾਇਓਰਟੀ ਹੈ, ਬਾਕੀ ਕੰਮ ਬਾਅਦ ਵਿੱਚ ਹੈ। ਜਿੱਥੇ ਰੇਡ ਕੀਤੀ ਉਹਦੇ ਕੋਈ ਚਾਹ ਪੀਣੀ ਜਾਂ ਛੋਲੇ ਭੂਰੇ ਖਾਣੇ ਕਿ ਨਹੀਂ? ਚਲੋ ਉਹਨਾਂ ਦੇਖੋ ਆਓ ਵਕਤ ਕਰਨੀ ਤਾਂ ਚਲੋ ਬਣਦੀ ਹੈ ਜੋ ਵੀ ਆ, ਬਟ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰੇਕ ਵਾਰ ਇੱਦਾਂ ਹੋਵੇ, ਬਾਕੀ ਦੇਖੋ ਇੰਡੀਵਿਜੁਅਲ ਰਿਸਪੋਂਸੀਬਿਲਟੀ ਹੁੰਦੀ ਹੈ, ਹੁਣ ਇਹ ਤਾਂ ਹੈ ਹੀ ਹੈ। ਸਰ ਤੁਸੀਂ ਵੀ ਗੋਲ ਗੋਲ ਜਵਾਬ ਦੇ ਰਹੇ ਹੋ, ਪਤਾ ਤੁਹਾਨੂੰ ਵੀ ਹੈ ਵੀ ਬਿਲਕੁਲ ਗਲਤ ਹੈ, ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਸਾਰੇ। ਤੁਸੀਂ ਰੇਡ ਕਰਨ ਆਏ ਹੋ, ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਖਾਂਦੇ ਪਏ, ਤੁਹਾਡੇ ਸਟਾਫ ਦੇ ਮੈਂਬਰ ਹੈ। ਚਲੋ ਦੇਖੋ, ਇਹਦੀ ਇੰਡੀਵਿਜੁਅਲ ਰਿਸਪੋਂਸੀਬਿਲਟੀ ਹੁੰਦੀ ਹੈ, ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇਰਟਾਈਜ਼ ਕਰਨਾ ਆਪਾਂ, ਕਿਹੜਾ ਟੌਪ ਪ੍ਰਾਇਰਟੀ ਆ। ਹੁਣ ਹਰੇਕ ਕੋਈ ਸਟਾਫ ਮੈਂਬਰ ਨਹੀਂ ਖਾਂਦਾ, ਦੇਖੋ ਕੁਛ ਤੁਹਾਡੇ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ, ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ। ਜਿਨ੍ਹਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ? ਨਹੀਂ, ਕੋਈ ਇਸ ਤਰ੍ਹਾਂ ਦੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ, ਅਗਰ ਉਹ ਰਿਫਰੈਸ਼ਮੈਂਟ ਆਪਣੀ ਕਰ ਲੈਂਦੇ ਕੋਈ ਹਰਜ ਨਹੀਂ, ਬਟ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੀ।